ਲੈ ਦੋਸਤੋ ਸਰਦਾਰੇ ਨੂੰ ਮਲਿਆਉਣੇ ਆ ਕੀ ਹਾਲ ਨੇ ਬਾਈ ਠੀਕ ਠਾਕ ਵੀਰੇ ਤੂੰ ਸੁਣਾ ਹੋ ਠੀਕ ਆ ਵਧੀਆ ਬਾਈ ਆਪਣਾ ਸੁਣਾ ਠੀਕ ਆ ਕਿਵੇਂ ਚੱਲ ਰਿਹਾ ਕੰਮ ਬਹੁਤ ਵਧੀਆ ਚੱਲ ਜਾਂਦਾ ਵੀਰੇ ਠੀਕ ਆ ਤੇ ਪਿੰਡ ਦਾ ਬਾਈ ਦਾ ਚੱਠਿਆਂ ਲੈ ਇੱਕ ਬਹੁਤ ਚੰਗਾ ਨਗੀਨਾ ਲਈ ਫਰਦਾ ਤੁਹਾਨੂੰ ਦਿਖਾਉਣਾ ਮੀਣੀ ਝੋਟੀ ਬਾਈ ਕਿਹੜਾ ਸੂ ਹੈ ਇਹਦਾ ਇਹਦਾ ਪਹਿਲਾ ਹੈ ਵੀਰੇ ਲੈ ਪਹਿਲਾ ਸੂ ਚਾਰ ਦੰਦ ਹੈ ਮੂੰਹ ਚ ਅੱਛਾ ਚਾਰ ਦੰਦ ਹਾਂ ਮੂੰਹ ਚ ਚਾਰ ਸਿੰਘ ਵਾਲੇ ਨੇ ਬਾਈ ਦੇ ਹਾਂ ਦੋਨੇ ਹਲਦੇ ਨਹੀਂ ਮੜੇ ਇਹ ਲੈ ਸਿੰਘ ਦੋਏ ਹਲਦੇ ਨੇ ਦੋਸਤੋ ਬੜੀ ਚੰਗੀ ਆ ਲੈ ਤੋਰ ਬਾਈ ਨੂੰ ਖੋਲ ਕੇ ਪੂਰੀ ਐਂ ਸ਼ਿੰਗਾਰੀ ਫਿਰਦਾ ਜਿਵੇਂ ਕਹਿੰਦੀ ਆਪਾਂ ਬਿਊਟੀ ਪਾਰਲਰ ਦੇ ਜਾ ਕੇ ਸ਼ਿੰਗਾਰ ਕੇ ਲਿਆਉਣੇ ਆ ਉਵੇਂ ਸ਼ਿੰਗਾਰੀ ਹੋਈ ਆ ਲੈ ਥਣਾ ਥੋਣਾ ਦਾ ਚੋਈ ਚੋਈ ਕਿਵੇਂ ਬਾਈ ਇਹਦੀ ਚੋਣ ਚੋਣ ਵੀ ਰਹਿਣ ਓਕੇ ਜਮਾ 7 ਲੀਟਰ ਇੱਕ ਟਾਈਮ ਦਾ ਦੁੱਧ ਹੈ ਠੀਕ ਹੈ ਦੁੱਧ ਦਾ ਤੇ ਕਿੰਨਾ ਕਾ 14 ਲੀਟਰ ਤਿਆਰ ਹੈ ਠੰਡਾ ਹੈ ਨਾ 7 ਲੀਟਰ ਇੱਕ ਟਾਈਮ ਦਾ ਦੁੱਧ ਹੈ ਲੀਟਰ ਆ ਕਹਿੰਦਾ 7 ਲੀਟਰ ਦੀ ਬਾਲਟੀ ਫੁੱਲ ਭਰ ਕੇ ਉੱਠ ਖੜਿਓ ਚੰਗੀ ਆ ਪੂਰੀ ਕੱਦ ਵੱਡਾ ਹਜੇ ਦੂਜੇ ਸੂਏ ਤੇ ਜਾ ਕੇ ਖਬਰ ਇਹਦਾ ਕੀ ਬਣਨਾ ਆਏ ਨੀ ਪਤਾ 4 ਲੱਖ ਦੀ ਵਿਕ ਜਾ ਅਗਲੇ ਸੂਏ ਤਾਂ ਇਹ ਫਿਰ ਕਿੰਨੇ ਦੇਵੇਂਗੇ ਸਰਦਾਰ ਇਹ ਮੁੱਲ ਵੀਰੇ 1.5 ਲੱਖ ਹੈ 140 ਨੰਬਰ ਬੋਲੀ ਸਰਦਾਰੇ 88726 ਠੀਕ ਹੈ 06066 ਲੈ ਬਾਈ ਇਹਨਾਂ ਮੋਬਾਈਲ ਨੰਬਰ ਬੋਲਦਾ ਥੋੜੀ ਜਿਹੀ ਕਾਹਲਾ ਝੋਟੀ ਵਿਕਣ ਲੱਗ ਰਹੀ ਆ ਧਨੌਲੇ ਬਣਾਈ ਦੀ ਵੀਡੀਓ ਰਾਜਸਥਾਨ ਦੇ ਨੇ ਕਰਦੇ ਆ ਗੱਲਬਾਤ ਕੀ ਹਾਲ ਨੇ ਠੀਕ ਹੈ ਜੀ ਬਾਈ ਜੀ ਨਾਮ ਕੀ ਆ ਸੁਮਿਤ ਸੁਮਿਤ ਕਿਹੜਾ ਏਰੀਆ ਪੀਲੀ ਬੰਗਾ ਰਾਜਸਥਾਨ ਰਾਜਸਥਾਨ ਕਿਹ ਝੋਟੀਆਂ ਲੈ ਕੇ ਆਏ ਝੋਟੀਆਂ ਲੈਂਦੀਆਂ ਜੀ 6 6 ਕਿਹ ਵੇਚਦੀਆਂ ਇੱਕ ਵਿੱਚ ਇੱਕ ਵਿੱਚ 5 ਰਹਿੰਦੇ ਨੇ ਹਾਂ ਪਹਿਲੀ ਝੋਟੀ ਕਿਹੜੀ ਆ ਗਈ ਆ ਦੇਖੋ ਆ ਝੋਟੀ ਆ ਗਈ ਪਹਿਲੀ ਸੂਆ ਇਹਦਾ ਬਾਈ ਕਿਹੜਾ ਚੌਥਾ ਸੂਆ ਸੂਆ ਦੂਜਾ ਦੂਜਾ ਸੂਆ 4 ਦੰਦ ਹੋ ਗਈ ਹਾਂ 4 ਦੰਦ 4 ਦੰਦ ਆ ਚੌਥਾ ਸੂਆ ਨਿਕਲ ਗਿਆ ਤੀ ਜਾਨਵਰ ਬੜਾ ਟੌਪ ਦਾ ਥਣ ਕੇ ਮੈਂ ਛੋਟਾ ਮਾਂਗਰ ਲੈਕਾ ਥਣ ਤਾਂ ਮੈਂ ਪਸ਼ਮ ਕੇ ਪੂਰੇ ਕੱਢੂਗੀ 16 ਕਿਲੋ ਹੈ ਪੂਰਾ ਅੱਛਾ ਇਹਦਾ ਬਾਕੀ ਪੁੜੇ ਪੜੇ ਝੋਟੀ ਤਾਜੀ ਸੂਈ ਹੈ ਚੌਥਾ ਦਿਨ ਹੀ ਸੂਈ ਨੂੰ ਚੌਥਾ ਦਿਨ ਹੋਇਆ ਸੂਈ ਨੂੰ ਠੀਕ ਹੈ ਦੁੱਧ 16 ਕਿਲੋ ਆ ਤਾਂ 16 ਕਿਲੋ ਦੁੱਧ ਕਹਿੰਦਾ 4 ਦਿਨਾਂ ਸੂਈ ਥੱਲੇ ਦੇਖ ਸਕਦੀ ਥੋੜਾ ਜਿਹਾ ਅਨ ਡਾਊਟ ਪਾਉਂਦਾ ਬਾਕੀ ਕਹਿੰਦਾ ਅਸਮਾ ਕੇ ਪੂਰਾ ਕਰ ਲੂਗੀ ਖੀਰ ਚੋਂ ਖਾਲੀ ਹੋ ਗਈ ਖੀਰ ਚੋਂ ਖਾਲੀ ਹੈ ਇਸ ਤੋਂ ਖਾਲੀ ਹੈ ਜਮਾ ਠੀਕ ਹੈ ਇੰਦਰ ਟਾਈਮੋ ਟਾਈਮ ਬਣਦੀ ਹੈ ਘਰੇ ਠੀਕ ਹੈ ਲੈ ਕਹਿੰਦਾ ਬਾਜ਼ਾਰ ਦੀ ਵੀ ਨੇੜੀ ਦੀ ਗੱਲ ਕਹਿੰਦਾ ਟਾਈਮ ਤੋਂ ਟਾਈਮ ਹੀ ਬਣਦੀ ਹੈ ਇਹਨਾਂ ਤੋਂ ਬਾਕੀ ਮੁੱਲ ਕੀ ਕਰਦਾ ਇਹਦਾ ਫਿਰ ਮੁੱਲ ਮੁੱਲ ਜੀ ਮੁੱਲ ਤਾਂ 1-20 ਕਰਦੇ ਆ 1-20 ਇੱਕ ਰਾਤ ਦੋ ਦੀ ਦੇ ਦੇਗਾ 1-10 ਅਗਲੀ ਕਿਹੜੀ ਆ ਗਈ ਅਗਲੀ ਆ ਝੋਟੀ ਲੈ ਅਗਲੀ ਝੋਟੀ ਆ ਗਈ ਦੋਸਤੋ ਇਹ ਵੀ ਝੋਟੀ ਚੰਗੀ ਆ ਪੂਰੀ ਟੌਪ ਦੀ ਆ ਇਹ ਦੋ ਹੀ ਦੰਦ ਆ ਮੂੰਹ ਦੰਦੀ ਆ ਬਾਈ ਮੂੰਹ ਚੋਂ ਅੱਛਾ ਦੋ ਦੰਦ 13 ਕਿਲੋ ਤਿਆਰ ਹੁਣ ਪਹਿਲਣਾ 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 ਆ ਗਈ ਦੋਸਤੋ ਝੋਟੀ ਲੈ ਤੋਰਾ ਦੂਰਾ ਬਾਕੀ ਲੇਵਾ ਲੂਆ ਦੇਖ ਲਓ ਲੇਵਾ ਬੜਾ ਚੰਗਾ ਬਾਕੀ ਥਣ ਥਣ ਦੇਖ ਸਕਦੇ ਹੋ ਚੰਗਾ ਪੂਰਾ ਚਵਾਈ ਚਵਾਈ ਕਿਵੇਂ ਆ ਹਾਂਜੀ ਚਵਾਈ ਕਿਵੇਂ ਆ ਚਵਾਈ ਪੂਰੀ ਬੰਬ ਅੱਛਾ ਬੰਬ ਆ ਚਵਾਈ ਜੀ ਕੁਛ ਕਰ ਦੂ ਥੱਲੇ ਬਹਿ ਕੇ ਦੁੱਧ ਹੁਣ ਕਿੰਨਾ ਤਿਆਰ ਆ 13 ਕਿਲੋ ਕਰਜੂ 15 ਕਰਜੂ 15 ਕਿਲੋ ਦੁੱਧ ਕਰਜੂਗੇ ਦੁੱਧ ਕਹਿੰਦਾ 15 ਕਿਲੋ ਬਾਕੀ ਕੁਆਲਿਟੀ ਚੰਗੀ ਆ ਮੈਂ ਜੀ ਇਹਦਾ ਮੁੱਲ ਫਿਰ ਮੁੱਲ ਜੀ ਇਹਦਾ 90 ਆ 85 ਦੇਣੀ 85 ਦੇ ਦੇ ਅਗਲੀ ਕਿਹੜੀ ਆ ਗਈ ਇਹ ਮੈਂ ਦੁੱਧ 16 ਕਿਲੋ ਹੈ ਅਗਲੀ ਮੈਂ ਆ ਜੀ ਦੋਸਤੋ ਲੇਵਾ ਲੂ ਬਦਲ ਦਾ ਪੂਰਾ ਜੰਗਾੜ ਆ ਲੈ ਇਹਨੂੰ ਕੋ 12 ਕਿਲੋ ਹਾਂ ਹਾਂਜੀ ਖੋਲ ਦੇ ਇਹਨੂੰ ਸੂਆ ਦਾ ਕਿਹੜਾ ਸੂਆ ਦਾ ਦੂਜਾ ਦੂਜੇ ਦਾ ਬਾਰੇ ਹੋ ਗਈ ਯਾਰ ਉਹ ਦੂਜਾ ਹੀ ਆ ਦੂਜਾ ਤੀਜਾ ਹੀ ਹੈ ਅੱਛਾ ਕਹਿੰਦਾ ਵੱਡੀ ਹੋ ਗਈ ਸੂਈ ਦੀ ਤਾਂ ਕਰਕੇ ਉਹ ਲੱਗਦੀ ਆ ਦੁੱਧ 16 ਕਿਲੋ ਦਾ ਪੰਜਵਾਂ ਦਿਨ ਸੂਈ ਨੂੰ ਅੱਜ ਤਾਂ ਥੋੜਾ ਸਿੰਘ ਪੈੜਾ ਪੈਂਦਾ ਬਾਕੀ ਤਾਂ ਲੇਵਾ ਲੂ ਵਾਲਾ ਮਾਰ ਕੇ ਦੇਖ ਲਓ ਬੜਾ ਚੰਗਾ 16 ਕਿਲੋ ਤਿਆਰ ਆ ਹੁਣ ਹਾਂਜੀ 16 ਕਿਲੋ ਜਮਾ ਤਿਆਰ ਅੱਛਾ ਤਾਂ ਥਣ ਚਵਾਈ ਚੂਈ ਕਿਵੇਂ ਆ ਚਵਾਈ ਪੂਰੀ 1 ਨੰਬਰ ਜੀ ਖੁਸ਼ ਕਰ ਦੂ ਥੱਲੇ ਬੈ ਕੇ ਮੈਂ ਅੱਛਾ ਜੇ ਜਿੰਨਾ ਮੰਗਰਾ ਲੈ ਬਾਉਣੀ ਮੂਰਿਆ ਦੇਖ ਸਕਦੇ ਬੜਾ ਪੂਰੇ ਭਾਂਡੇ ਦੀ ਖੁੱਲੇ ਦੀ ਬੱਚਾ ਕੀ ਹੈ ਇਹਦਾ ਬੱਚਾ ਆ ਗਿਆ ਜੀ ਕੱਟਾ ਆ ਗਿਆ ਇਹਦਾ ਮੁੱਲ ਕੀ ਦਿੰਦਾ ਫਿਰ ਮੁੱਲ ਇਹਦਾ 1-20 1-20 ਅਗਲੀ ਕਿਹੜੀ ਹੈਗੀ ਅਗਲੀ ਗੱਬਣ ਮੈਂ ਉਹ ਅਗਲੀ ਆ ਗਈ ਇਹਦਾ ਕਿਹੜਾ ਸੂਆ ਬਾਈ ਦੂਜਾ ਸੂਆ ਹੈ ਜੀ ਲੈ ਦੂਜੇ ਸੂਏ ਦੀ ਆ ਗਈ ਇਹ ਵੀ ਪਹਿਲੇ ਸੂਏ 14 ਕਿਲੋ ਦਿੱਤਾ ਲੈ ਪਹਿਲੇ ਸੂਏ ਕਹਿੰਦਾ 14 ਦਿੱਤਾ ਬਾਕੀ ਥਣਾ ਥਣਾ ਦਾ ਕੈਬ ਦੇਖ ਸਕਦੇ ਹੋ ਬਹੁਤ ਚੰਗੀ ਪਰ ਵੀ ਬਹੁਤ ਹੈ ਇਹ ਲੈ ਲੈ ਬਾਬੀ ਬੜਾ ਚੰਗਾ ਬਾਕੀ ਪਤਲੀ ਚਮੜੀ ਦੀ ਹੈ ਪਰ ਕਿਹੜਾ ਸੂਈ ਹੈ ਸੂਨ ਵਾਲੀ ਹੈ ਅਜੇ ਗੱਬਣਾ ਹਾਂ ਗੱਬਣਾ ਕੱਢੂਗੀ 5-6 ਦਿਨ ਹਜੇ ਆਰਾਮ ਨਾਲ
ਇਹਦਾ ਮੁੱਲ ਕੀ ਕਰਦਾ ਫਿਰ? ਮੁੱਲ ਤਾਂ ਜੀ ਇਹਦਾ ਕਰਦੇ ਨੇ ਲੱਖ। ਕਿੰਨੇ ਦੇ ਦੇਣਾ? 95 ਦੇ ਦੇਣਾ। 90 ਦੇ ਦੇਣੀ? ਕੋਈ 90 ਦੇ 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 90। ਲੈ ਮੋਬਾਈਲ ਨੰਬਰ ਬੋਲ ਦੇ। 70233 70233 66544 66544 44। ਹਾਂ ਠੀਕ ਹੈ। ਲੈ ਆਇਓ ਆ ਬਾਪੂ ਨਾਲ ਕਰਦੇ ਆ ਗੱਲਾਂ ਬਾਤਾਂ। ਕੀ ਹਾਲ ਨੇ ਜੀ? ਠੀਕ ਹੈ ਜੀ। ਨਾਮ ਕੀ ਆ ਗਿਆ ਜੀ? ਪਾਲਾ ਸਿੰਘ ਜੀ। ਪਾਲਾ ਸਿੰਘ ਕਿਹੜਾ ਏਰੀਆ ਜੀ? ਮਾਲਤਾ ਰਹਿਣੇ ਦਾ ਹੈਗਾ ਏਰੀਆ, ਸੰਗਰੂਰ ਜ਼ਿਲ੍ਹਾ। ਅੱਛਾ ਜੀ, ਪਿੰਡ ਕਿਹੜਾ ਹੈਗਾ ਜੀ? ਜਲੂਰ ਜੀ। ਜਲੂਰ ਲੈ ਲਵੇ ਦੇ ਨੇ ਜਮੀ, ਜਲੂਰ ਦੇ ਆ ਗਏ ਆਪਣੇ ਪਿੰਡਾਂ ਲਵੇ ਦੇ ਨੇ ਜੀ। ਕਿਹ ਜੋਟੀ ਲੈ ਕੇ ਆਇਓ? ਦੋ ਜੀ। ਅੱਛਾ ਆ ਜੋਟੀ ਆ ਗਈ ਪਹਿਲੀ ਹੈ? ਹਾਂ ਜੀ। ਕਿਹੜਾ ਸੂਆ ਜੀ ਇਹਦਾ? ਇਹਦਾ ਦੂਜਾ ਸੂਆ ਜੀ। ਲੈ ਦੂਜਾ ਸੂਆ ਦੋਸਤੋ, ਝੋਟੀ ਚੰਗੀ ਆ ਪੂਰੀ, ਸਿੰਘ ਸੁੰਘ ਦੇਖ ਲਓ ਪੂਰਾ ਕੁੰਡ ਆ, ਬਾਕੀ ਉਸਨੂੰ ਲੇਵਾ ਲੂਵਾ ਦਿਖਾਵਾਂਗੇ। ਦੁੱਧ ਕਿੰਨਾ ਕਾ ਜੀ? ਦੁੱਧ ਕਿੰਨਾ ਕਾ ਜੀ? ਦੁੱਧ 15 ਕਿਲੋ ਹੈ। 15 ਕਿਲੋ ਦੁੱਧ ਕਹਿੰਦੇ ਨੇ, ਬਾਕੀ ਦੁੱਧ ਵਾਲੀ ਝੋਟੀ ਆ ਚੰਗੀ ਆ ਜੀ। ਲੈ ਮਿੱਤਰੋ ਆ ਬਾਈ ਨਾਲ ਕਰਦੇ ਆ ਗੱਲਾਂ ਬਾਤਾਂ। ਬਾਈ ਕੀ ਹਾਲ ਨੇ? ਵਧੀਆ ਜੀ। ਕੀ ਨਾਮ ਆ ਗਿਆ? ਕੁਲਵਿੰਦਰ ਸਿੰਘ ਜੀ। ਕੁਲਵਿੰਦਰ ਸਿੰਘ, ਪਿੰਡ ਕਿਹੜਾ ਆ ਗਿਆ? ਪਿੰਡ ਖੀਵਾ ਕਲਾਂ, ਜ਼ਿਲ੍ਹਾ ਮਾਨਸਾ ਜੀ। ਖੀਵਾ ਕਲਾਂ, ਜ਼ਿਲ੍ਹਾ ਮਾਨਸਾ ਆ ਗਿਆ। ਹਾਂਜੀ। ਕਿੱਥੇ ਆ ਗਿਆ ਬਾਈ ਪਿੰਡ ਇਹ? ਭਿੱਖੀ ਦੇ ਨੇੜੇ ਜੀ। ਭਿੱਖੀ ਦੇ ਨੇੜੇ ਆ ਗਿਆ, ਠੀਕ ਆ। ਕਿਹ ਜੋਟੀਆਂ ਲੈ ਕੇ ਆਏ? ਅਸੀਂ ਲੈ ਕੇ ਆਏ ਚਾਰ। ਚਾਰ ਲੈ ਕੇ ਆਏ? ਹਾਂਜੀ। ਕਿਹ ਵੇਚਤੀਆਂ? ਇੱਕ ਵਿਕੀ ਜੀ। ਇੱਕ ਵਿਕੀ ਆ, ਤਿੰਨ ਖੜੀਆਂ ਨੇ। ਹਾਂਜੀ। ਆ ਜੋਟੀ ਹੈਗੀ ਪਹਿਲੀ? ਹਾਂਜੀ। ਕਿਹੜਾ ਸੂਆ ਬਾਈ ਇਹਦਾ? ਪਹਿਲਾ ਸੂਆ ਜੀ। ਲੈ ਪਹਿਲਾ ਸੂਆ ਆ, ਦੋ ਦੰਦ ਆ ਜੋਟੀ ਦਾ? ਦੋ ਦੰਦ ਹੈ ਬਾਈ। ਹਾਂਜੀ। ਕਿਹ ਦਿਨ ਸੀ ਬਾਈ? ਸੂਈ ਹੋ ਗਏ 12 ਦਿਨ ਜੀ। 12 ਦਿਨ ਹੋ ਗਏ ਸੂਈ ਨੂੰ। ਲੇਵਾ ਦੇਖ ਸਕਦੇ ਹੋ, ਬੜਾ ਚੰਗਾ ਜੀ। ਬਾਕੀ ਟਾਈਟ ਲੇਵੇ ਦੀ ਆ, ਥਾਣਾ ਦਾ ਕੈਪ ਦੇਖ ਸਕਦੇ ਹੋ, ਬੜਾ ਚੰਗਾ। ਬਾਕੀ ਦਰਮਿਆਨੇ ਕੱਦ ਦੀ ਆ, ਅਗਲੇ ਸੂਏ ਜਾ ਕੇ 100 ਰੁਪਈਆਂ ਦੀ ਬਣ ਪੱਟੀ। ਸਿੰਘ ਸੁੰਘ ਬੜਾ ਕੁਆਲਿਟੀ ਦਾ ਲੱਗਿਆ ਹੋਇਆ ਜੀ। ਚਵਾਈ ਚੁਵਾਈ ਕਿਵੇਂ? ਓਕੇ ਓਕੇ, ਕੋਈ ਆਉਣ ਨਹੀਂ ਫੌਲ ਨਹੀਂ, ਠੀਕ ਆ। ਸੀਲ ਆ ਪੂਰੀ ਠੰਡੀ ਆ? ਹਾਂਜੀ। ਮੁੱਲ ਫਿਰ ਇਹਦਾ? ਮੁੱਲ 95,000 ਹੀ, 85,000 ਦੀ ਦੇਣੀ। 85,000 ਦੀ ਦੇ ਦੇਣਾ। ਬੱਚਾ ਕੀ ਹੈ ਇਹਦਾ ਬਾਈ? ਮਗਰ ਕੱਟੜਾ ਜੀ। ਲੈ ਕੱਟਾ ਆ ਗਿਆ ਬੱਚਾ, ਦੋ ਦਾਂਤ ਆ। ਬੱਚਾ ਦੇਖ ਕੇ ਅੰਦਾਜ਼ਾ ਲਾ ਸਕਦੇ ਹੋ ਜੀ। ਅਗਲੀ ਕਿਹੜੀ ਆ ਬਾਈ? ਅੱਗੇ ਕਿਹੜੀ ਆ? ਅੱਗੇ ਇੱਕ ਉਹ ਖੜੀ ਆ, ਆਹ ਤੋਰ ਦੇ ਪਹਿਲੇ ਲੱਗੇ ਆ ਆ ਗਈ ਮੈਂ। ਕਿਹੜਾ ਸੂਆ ਬਾਈ ਇਹਦਾ? ਇਹ ਤੀਜਾ ਸੂਆ ਜੀ। ਤੀਜਾ ਸੂਆ ਆ ਮਗਰ ਕੱਟੜੀ ਆ। ਅੱਛਾ, ਲੇਵਾ ਲੂਵਾ ਚੰਗਾ ਜੀ ਪੂਰਾ ਇਹਦਾ, ਭਾਂਡਾ ਪੱਕੀ। ਦੁੱਧ ਕਿੰਨਾ ਕਾ? ਦੁੱਧ 14 ਕਿਲੋ ਜੀ। ਅੱਛਾ, 14 ਕਿਲੋ ਦੁੱਧ ਤਿਆਰ ਆ। ਡਰਦੀ ਆ ਨਾ ਥੋੜ੍ਹੀ? ਥਣ ਥੁਣ ਬੜਾ ਕੰਮ ਦਾ ਮੁੱਠੀ ਵਾਲਾ ਥਾਣਾ। ਮੁੱਲ ਫਿਰ ਇਹਦਾ? ਮੁੱਲ 95,000 ਜੀ। 95,000 ਸੂਆ ਕਿਹੜਾ ਦਾ? ਤੀਜਾ ਸੂਆ ਜੀ। ਤੀਜਾ ਸੂਆ 95,000 ਮੁੱਲ ਕਰਦਾ। ਕਿੰਨੇ ਦੇ ਦੇਗਾ ਜਾਇਜ਼ ਜੀ? ਬਾਕੀ ਰੇਟ 85,000 ਦੀ ਦੇ ਦਾਂਗੇ। 85 ਦੇ ਦੇਗਾ। ਅੱਗੇ ਕਿਹੜੀ ਆ ਗਈ? ਅੱਗੇ ਆ ਕੱਟੀ ਦੀ ਕਰਦਾ। ਲੱਗੇ ਆ ਕੱਟੀ ਆ ਗਈ ਦੋਸਤੋ। ਸੂਆ ਬਾਈ ਇਹਦਾ ਕਿਹੜਾ? ਦੂਜਾ ਸੂਆ ਜੀ। ਲੈ ਦੂਜਾ ਸੂਆ ਆ ਗਿਆ ਜੀ ਦੋਸਤੋ, ਚੰਗੀ ਆ। ਚਾਰ ਹੋ ਜਾਓਗੇ ਸੂਈ ਨੂੰ। ਲੇਵਾ ਦੇਖਦੇ ਆਪਾਂ ਕਿਸ ਤਰ੍ਹਾਂ ਦਾ। ਥੋੜੀ ਲੇਵੇ ਜੀ ਧੱਕ ਅੱਗੇ ਨੂੰ ਆ। ਬਾਕੀ ਦੁੱਧ ਕਿੰਨਾ ਕਾ ਬਾਈ ਥੱਲੇ? ਦੁੱਧ ਹੈਗਾ ਜੀ ਹੁਣ 11 ਕਿਲੋ। ਅੱਛਾ, 11 ਕਿਲੋ ਦੁੱਧ ਜੀ। ਕਹਿ ਦੇਣਾ ਜੀ ਸੂਈ ਆ ਜੀ। ਲੈ ਜਾ ਬਾਈ। ਕਿੰਨੇ ਦਿਨਾਂ ਦੀ ਸੂਈ ਆ ਬਾਈ? ਇਹਨੂੰ 4 ਹੋ ਗਏ ਜੀ। 4 ਦਿਨ ਹੋ ਗਏ। ਕਿੰਨਾ ਬਾਜੂ? 15 ਪਾ ਦੂਗੀ ਦੁੱਧ? ਦੇ ਦੇ 15 ਕਿਲੋ ਜੀ। 15 ਕਿਲੋ ਦੇ ਦੇ ਦੋਸਤੋ। ਇਹਦਾ ਮੁੱਲ ਬਾਈ? ਇਹ 1.5 ਜੀ। 1.5 ਲੱਖ ਦੀ ਦੇ ਦੇਗਾ ਇਹ? ਇਹ 95 ਦੇ ਦਾਂਗੇ ਜੀ। 95 ਦੇ ਦੂ। ਅਗਲੀ ਕਿਹੜੀ ਆ ਗਈ ਬਾਈ? ਉਹ ਖੋਲਾ ਜੀ। ਖੋਲਾ ਨਾ ਕਹਿ, ਦੇਖ ਪਸ਼ੂ ਸਾਰੀ ਚੰਗੇ ਹੁੰਦੇ ਨੇ। ਨਹੀਂ, ਖੋਲਾ ਦਾ ਖੋਲਾ ਹੀ ਵੱਜੂਗਾ ਜੀ। ਆ ਤੁਰਕ ਲੈ ਆ ਮੈਂ ਆ ਜੀ ਦੋਸਤੋ। ਕਿਹੜਾ ਸੂਆ ਬਾਈ ਇਹਦਾ? ਇਹਦਾ ਚੌਥਾ ਸੂਆ ਜੀ। ਚੌਥਾ ਸੂਆ ਆ ਗਿਆ। ਲੈ 3 ਦਿਨਾਂ ਦੀ ਵੇਹੀ ਆ। ਅੱਛਾ, 3 ਦਿਨਾਂ ਦੀ ਸੂਈ ਆ। ਹੁਣ ਬੋਲਾ ਬੋਲਾ ਹੂ 13 ਕਿਲੋ ਜੀ। ਅੱਛਾ, 13 ਕਿਲੋ ਬੋਲਾ। ਇਹੋ ਜਿਹਾ ਪਸ਼ੂ ਐਂ ਲਾ ਲਓ ਵੀ ਸੀਲ ਹੁੰਦਾ, ਬਾਕੀ ਦੁੱਧ ਦਾ ਜੇ ਜਵਾਕ ਚੋਈ ਜਾਣ। ਕਿੰਨਾ ਦੁੱਧ ਦੇ ਦੂਗੀ ਬਾਈ? ਦੁੱਧ ਦੇ ਦੂ 17 ਕਿਲੋ ਜੀ। 17 ਕਿਲੋ ਦੁੱਧ ਦੇ ਦੂਗੀ ਹੈ। ਮੁੱਲ ਫਿਰ ਇਹਦਾ? ਮੁੱਲ 90,000 ਜੀ। ਤਾਂ ਖੋਲੇ ਵਾਲੀ ਮੁੱਲ ਕਰਦੇ ਫਿਰ ਤੂੰ? ਖੋਲਾ ਦੁੱਧ ਨੂੰ ਦੇਖੋ ਜੀ। ਅੱਛਾ, ਹਾਂ ਦੁੱਧ ਨੂੰ ਕਿੰਨੇ ਦੇ ਦੇਣਾ ਜੀ? 80,000 ਦੀ ਦੇਣਾ। 80 ਦੀ। ਅਗਲੀ ਕਿਹੜੀ ਹੈਗੀ? ਬਸ 4 ਹੋ ਗਈ। ਉਹ ਨਹੀਂ ਹੈਗੀ? ਉਹ ਵੀ ਕਰਨੀ ਕਰ ਲਓ। ਲੈ ਇਹਦੀ ਵੀ ਵਿੱਚੇ ਬਣਾ ਦੇਣੇ ਆ। ਇਹਦਾ ਕਿਹੜਾ ਸੂਆ ਬਾਈ? ਇਹਦਾ ਤੀਜਾ ਸੂਆ। ਲੈ ਤੀਜਾ ਸੂਆ ਆ ਗਿਆ ਦੋਸਤੋ।
ਭਾਂਡਾ ਭੁੰਡਾ ਬਹੁਤ ਲੱਗਦਾ ਇਹਦਾ। ਬਾਕੀ ਤੁਹਾਨੂੰ ਪਿੱਛੋਂ ਦਿਖਾਉਣੇ ਆ, ਥੋੜੀ ਜਿਹੀ ਸਾਈਡ ਆ ਹਨਾ। ਹਾਂਜੀ ਪਾਲ ਕਰਗੀ ਜੀ। ਅੱਛਾ ਪਾਲ ਕਰਗੀ, ਦੁੱਧਾਂ ਦੇ ਬਰਾਬਰ ਆ? ਦੁੱਧਾਂ ਹਾਂ ਬਰਾਬਰ ਆ ਜੀ। ਲੈ ਬਾਈ ਬਾਕੀ ਕਹਿੰਦੇ ਚੋਈ ਤੋਂ ਸਾਫ ਹੋਈ ਤੋਂ ਪਤਾ ਲੱਗਾ। ਆ ਤੋਰੀ ਬਾਬਾ ਦੁੱਧ ਕਿੰਨਾ ਬਾਈ ਥਲੇ? ਦੁੱਧ ਹੈਗਾ 14 ਕਿਲੋ ਜੀ। 14 ਕਿਲੋ ਦੁੱਧ ਕਹਿੰਦਾ, ਬਾਕੀ ਭਾਂਡਾ ਭੁੰਡਾ ਬਹੁਤ ਨਹੀਂ ਜਾਇਆ, ਭਾਂਡਾ ਜਿੰਨਾ ਵੀ ਕਹਿੰਦੇ। ਇਹਦਾ ਮੁੱਲ ਕੀ ਕਰਦਾ ਬਾਈ? ਇਹਦਾ 95,000 ਜੀ। 95 ਕਰਦਾ, 90 ਦੇ ਦੇਗਾ। ਇਹ 85 ਦੇਗਾ ਜੀ। 85 ਦੇ ਦੇ, 10,000 ਦਾੜ ਦੇਣੇ ਥੱਲੇ ਮਾਰਦਾ। ਹਾਂਜੀ ਲੈ ਮੋਬਾਈਲ ਨੰਬਰ ਬੋਲ ਦੇ। 9958 ਜੀ। 9958 9961 ਜੀ। 9961 ਲੈ ਬਾਈ ਨਾ ਮੋਬਾਈਲ ਨੰਬਰ ਬੋਲਤਾ ਇਹਦੇ, ਫੋਨ ਕਰਕੇ ਘਰੇ ਵੀ ਹੁੰਦੇ ਨੇ ਪਸ਼ੂ? ਹਾਂਜੀ ਹਾਂਜੀ ਠੀਕ ਹੈ, ਦੁੱਧ ਚਵਾ ਕੇ ਦੇ ਦੇਗਾ। ਹਾਂਜੀ ਚਵਾ ਕੇ ਜੀ। ਠੀਕ ਹੈ ਲੈ ਫੋਨ ਕਰਕੇ ਬਾਈ ਤੋਂ ਪਸ਼ੂ ਖਰੀਦ ਲਿਓ ਜੀ। ਆਜੋ ਹੋਰ ਦਿਖਾਉਣੇ ਉਸਨੂੰ ਮੰਡੀ। ਆਜੋ ਜੀ ਇਹਨਾਂ ਕਰਦੇ ਆ ਗੱਲਬਾਤ, ਕੀ ਹਾਲ ਨੇ ਜੀ? ਵਧੀਆ ਵਧੀਆ ਬਾਈ, ਠੀਕ ਆ ਜੀ। ਨਾਮ ਕੀ ਆ ਜੀ? ਪ੍ਰੇਮਜੀਤ ਸਿੰਘ ਆ ਜੀ। ਪ੍ਰੇਮਜੀਤ ਸਿੰਘ, ਹਾਂਜੀ। ਏਰੀਆ ਕਿਹੜਾ ਆ ਗਿਆ ਬਾਈ? ਬਾਈ ਬਰਨਾਲਾ ਏਰੀਆ ਜੀ। ਬਰਨਾਲਾ ਏਰੀਆ ਆ ਗਿਆ, ਹਾਂਜੀ ਠੀਕ ਹੈ ਜੀ। ਵਪਾਰ ਕਰਦੇ ਹੋ ਜੀ? ਹਾਂਜੀ। ਕਿਹ ਪਸ਼ੂ ਲੈ ਕੇ ਆਏ ਹੋ? 4 ਪਸ਼ੂ ਲੈ ਕੇ ਆਏ ਜੀ। 4 ਪਸ਼ੂ ਲੈ ਕੇ? ਹਾਂਜੀ। ਮੈਂ ਪਹਿਲੀ ਝੋਟੀ ਦੱਸ ਕਿਹੜੀ ਆ ਜੀ? ਆਹ ਹੈਗੀ ਬਾਈ ਜੀ, ਆਹ ਝੋਟੀ ਹੈਗੀ। ਕਿਹੜਾ ਸੂ ਆ ਬਾਈ ਇਹਦਾ? ਇਹ ਦੂਜੇ ਸੂ ਹੈ ਜੀ। ਅੱਛਾ ਦੂਜਾ ਸੂ ਆ। ਲੋ ਦੋਸਤੋ ਝੋਟੀ ਚੰਗੀ ਲੱਗਦੀ, ਦੁੱਧ ਕਿੰਨਾ ਕਾ ਬਾਈ? 15 ਲੀਟਰ ਆ ਜੀ ਦੁੱਧ। 15 ਲੀਟਰ, ਥੋੜਾ ਸਿੰਗ ਖੁੱਲਾ ਜ਼ਰੂਰ ਆ ਗਿਆ। ਹਾਂ ਜੀ। ਲੈ ਤੋਰ ਫਿਰ ਖੋਲ ਕੇ, ਕਿਹ ਕਹਿੰਦੇ ਸੂ ਜੀ ਬਾਈ? ਬਾਈ ਹੋ ਗਏ 10 ਕੁ ਦਿਨ ਹੋ ਗਏ ਸੂਈ ਨੂੰ ਜੀ। ਅੱਛਾ ਬੱਚਾ ਆ ਗਿਆ ਜੀ, ਬੱਚਾ ਦੇਖ ਸਕਦੇ ਹੋ? ਬਾਕੀ ਬਾਈ ਨੰਬਰ ਜੀ ਨੂੰ ਕੱਦ ਕੱਟ ਚੰਗਾ ਝੋਟੀ ਦਾ ਜੀ। ਤੋੜ ਦੇ ਲੰਬੀ ਤੋੜ ਦੇ, ਹਣਾ ਦਾ ਗੈਪ ਬਹੁਤ ਆ ਝੋਟੀ ਦਾ, ਚੰਗਾ ਜੀ ਪੂਰਾ ਮੋੜ ਲਿਆ। ਕੀ ਮੁੱਲ ਕਰਦਾ ਮੇਰਾ ਜਾਇਜ਼ਾ ਬਾਈ? 1-10 ਮਾਰਦੇ ਆ, 90 ਤੱਕ ਛੱਡ ਦਿਆਂਗੇ ਜੀ। ਜ਼ਿਆਦਾ ਕਰੀ ਜਾਂਦਾ ਮੁੱਲ? ਨਹੀਂ ਨਹੀਂ ਠੀਕ ਆ ਜੀ ਮੁੱਲ, ਮੈਂ ਝੋਟੀ ਵੀ ਦੇਖ ਬਾਈ, ਦੂਜੇ ਸੂਏ ਆ ਮੰਦਾ ਥੋੜਾ ਜਿਹਾ? ਨਹੀਂ ਨਹੀਂ ਮੰਦਾ ਦਾ ਕਾਣੂ ਆ, ਪੂਰੀ ਵਧੀਆ ਝੋਟੀ ਆ, ਦੇਖ ਭੈਣਚੋ ਹਾਥੀ ਦਾ ਬੱਚਾ ਹੈਗਾ। ਕੀ ਮੁੱਲ ਕਰਿਆ ਵੀਰੇ? 1-10 ਮੰਗਦੇ ਆ, 90 ਤੱਕ ਛੱਡ ਦਿਆਂਗੇ ਜੀ। ਅਗਲੀ ਦੱਸ ਕਿਹੜੀ ਆ ਬਾਈ? ਇਹਦਾ ਕਿੰਨਾ ਦਾ ਆ ਗਈ ਦੂਜੀ? ਕਿੰਨਾ ਕਿਹੜਾ ਸੂਆ ਬਾਈ ਇਹਦਾ? ਦੂਜੇ ਸੂਏ ਆ ਬਾਈ, ਇਹ ਦੂਜਾ ਸੂਆ ਇਹਦਾ। ਹਾਂਜੀ ਇਹ ਵੀ ਝੋਟੀ ਚੰਗੀ ਲੱਗਦੀ ਆ, ਥੋੜਾ ਡਰਦੀ ਜ਼ਰੂਰ ਆ। ਮੈਂ ਤੁਹਾਨੂੰ ਲੇਵਾ ਦਿਖਾਉਣਾ, ਇੱਧਰ ਤੋਰ ਦੇ ਲੰਬੀ ਤੋਰ ਦੇ। 12 ਕਿਲੋ ਦੁੱਧ ਆ ਬਾਈ। ਹਾਂ ਦੁੱਧ ਬਾਈ 12 ਕਿਲੋ ਤਿਆਰ ਆ ਬਾਈ? ਹਾਂਜੀ ਤਿਆਰ ਆ ਜੀ। ਠੀਕ ਹੈ ਲੱਥਣਾ ਥੋਣਾ ਦਾ ਗੈਪ ਬਹੁਤ ਆ ਝੋਟੀ ਦਾ। ਇਹਦਾ ਮੁੱਲ ਕੀ ਕਰਦਾ ਮੇਰਾ ਜਾਇਜ਼ਾ? ਸ਼ੀਪ ਇਹਦਾ ਮੁੱਲ ਕੀ ਆ? 70,000 ਰੁਪਇਆ ਮੰਗਦੇ ਆ ਜੀ। 70? ਹਾਂ 65 ਪੁੰਡ ਦੀ ਦੇ ਦੇਗਾ। ਹਾਂ ਜੀ 65 ਤੱਕ ਦੇ ਦਾਂਗੇ ਜੀ। ਲੈ 65 ਦੀ ਦੇ ਦੋਸਤੋ, ਝੋਟੀ ਜਮੀ ਬੱਤਦੀ ਆ। ਚਵਾਈ ਚੁਈ ਕਿਵੇਂ ਆ? ਚਵਾਈ ਬਾਈ ਪੂਰੀ ਵਧੀਆ ਜੀ। ਠੀਕ ਹੈ ਘਰੇ ਘਰ ਦੀ ਝੋਟੀ ਆ ਜੀ। ਠੀਕ ਹੈ ਅਗਲੀ ਗੱਡੀ ਆ ਗਈ। ਕਿੰਨੇ ਚਿਰ ਦੀ ਸੂਈ ਆ ਬਾਈ ਇਹ? ਉਹ ਸੂਈ ਕਿੰਨੇ ਚਿਰ ਦੀ ਆ? ਕੁੱਲਣੀ ਕਿਉਂ ਨਹੀਂ ਖਿੱਚ ਦੀ? ਖੁਦ ਹੈਗੀ ਆ ਜੀ 2 ਮਹੀਨੇ ਦੇ ਲਗਭਗ ਸੂਈ ਸੀ। ਅਗਲੀ ਆ ਗਈ ਆ, ਇਹਦਾ ਕੀ ਮੁੱਲ? ਮੁੱਲ ਕਿੰਨਾ? ਮੁੱਲ ਦਾ 75,000। ਇਹਦਾ ਕਿਹੜਾ ਸੂਆ? ਦੂਜੇ ਸੂਏ ਆ ਜੀ। ਦੂਜਾ ਸੂਆ ਦੋਸਤੋ, ਕਹਿ ਦੇਣਾ ਸੂਈ ਆ ਗੱਬਣ? ਹਾਂ ਜੀ ਗੱਬਣ ਆ ਗਈ ਦੋਸਤੋ, ਕੱਢੂਗੀ 5 ਲੰਬੀ ਤੋੜ ਦਿਆ ਕਰ ਥੋੜੀ ਜੀ। ਲਓ ਜੀ ਲਓ, ਕਹਿ ਦਿਨ ਕੱਢੂਗੀ? 65 ਦੀ ਦੇ ਦੇ, ਕੁਛ ਨੀ ਹੁੰਦਾ 65 ਦੀ ਦੇ ਦੇਗਾ ਹੈ ਜੀ। ਹੋਰ ਕਹਿੰਦੇ 70 ਦੀ ਦੇ ਦੇਗਾ? 70 ਦੀ ਦੇ ਦੇਗੇ ਜੀ। ਲੈ 70 ਦੀ ਕਹਿੰਦੇ ਹਾਂ ਨਾ ਦਵਾਂਗੇ, 65 ਚ ਬਚਦਾ ਨੀ ਕੁਛ। ਅਗਲੀ ਗੱਡੀ ਆ ਗਈ ਬਾਈ, ਅਗਲੀ ਵੀ ਖੋਲਦੇ ਆ ਜੀ। ਅਗਲੀ ਆ ਗਈ, ਥੋੜੀ ਸਾਈਡ ਜ਼ਰੂਰ ਆ ਝੋਟੀ ਨੂੰ। ਇਹਦਾ ਕਿਹੜਾ ਸੂਆ? ਦੂਜਾ ਸੂਆ ਆ ਗਿਆ ਜੀ। ਹਾਂ ਜੀ ਦੂਜਾ ਸੂਆ। ਇਹਦਾ ਕੀ ਮੁੱਲ ਜੀ? ਦੁੱਧ ਕਿੰਨਾ ਫਿਰ ਹਲੇ? 11 ਕਿਲੋ ਦੁੱਧ ਕਹਿੰਦੇ ਨੇ। ਬਾਕੀ ਬੱਚਾ ਕਹਿ ਦੇਣਾ ਸੀ ਇਹ ਆ, ਇੱਕ ਹਫ਼ਤਾ ਹੋ ਗਿਆ, 7 ਦਿਨ ਹੋ ਗਏ। ਅੱਛਾ 7 ਦਿਨ ਹੋ ਗਏ, ਕਿਹੜੇ ਇਲਾਕੇ ਦੀ ਆ ਇਹ? ਬਰਨਾਲਾ ਇਲਾਕਾ ਜੀ। ਅੱਛਾ
ਬਾਕੀ ਥਾਣਾ ਥੂਣਾ ਦਾ ਸਾਈਡ ਦੇਖ ਸਕਦੇ ਹੋ, ਲੇਵਾ ਦੇਖ ਸਕਦੇ ਹੋ। ਹੋਰ ਲੈ ਬਾਈ ਇਹਦਾ ਮੁੱਲ ਇਹਦਾ 85 ਮੰਗਦੇ ਆ ਜੀ। 85 ਕਿੰਨੇ ਦੇ ਦੇਗਾ? 80 ਤੱਕ ਛੱਡ ਦੇਵਾਂਗੇ ਜੀ। 80 ਦੀ ਦਵੇਗਾ, ਮੁੱਲ ਥੋੜਾ ਜ਼ਿਆਦਾ ਕਰੀ ਜਾਂਦਾ। ਬਾਕੀ ਸੌਦਾ ਜਿੱਥੇ ਹੋਊਗਾ ਜੀ ਉੱਥੇ ਚੱਲੂ ਬਈ। ਆਹ ਪੂਰੇ ਤਜਰਬੇ ਵਾਲੇ ਬੰਦੇ ਨੇ, ਇਹਨਾਂ ਦਾ ਨੰਬਰ ਲੈਣਾ ਥੋੜਾ ਜਿਹਾ ਮੁੰਡੇ ਨੂੰ, ਥੋੜੀ ਘੱਟ ਜਾਣਕਾਰੀ ਦੀ। ਹੋਰ ਠੀਕ ਹੋ ਜੀ? ਠੀਕ ਹੈ ਜੀ। ਬਾਕੀ ਫਿਰ ਕਿੱਥੇ ਤੱਕ ਦੇ ਦੋਗੇ ਪਸ਼ੂ? ਉਹ ਤੁਹਾਨੂੰ ਦੱਸਿਆ ਵੀ ਦੇ ਦਾਂਗੇ 70,000 ਦੀ। ਅੱਛਾ, 80 ਦੀ? 80 ਦੇ ਦੇ। ਲੈ ਮੋਬਾਈਲ ਨੰਬਰ ਬੋਲ ਦਿਓ ਤੁਹਾਡਾ। 98 54 98 54 34 327 34 327 327 ਲੈ ਮੋਬਾਈਲ ਨੰਬਰ। ਜੈ ਸਿੰਘ ਨਾਮ ਆ ਮੇਰਾ। ਜੈ ਸਿੰਘ, ਠੀਕ ਹੈ ਜੀ। ਹਾਂਜੀ ਦੋਸਤੋ, ਜੇਕਰ ਤੁਹਾਨੂੰ ਫਤਿਹਾਬਾਦ ਮੰਡੀ ਦੀ ਵੀਡੀਓ ਚੰਗੀ ਲੱਗੀ ਤਾਂ ਸਾਡੇ ਚੈਨਲ ਪੰਨਤ ਡੈਰੀ ਫਾਰਮ ਨੂੰ ਕਰੋ ਸਬਸਕ੍ਰਾਈਬ। ਜੇ ਇਹ ਵੀਡੀਓ ਸਾਡੀ ਫੇਸਬੁੱਕ ਤੇ ਦੇਖਦੇ ਹੋ ਤਾਂ ਸਾਡੇ ਪੇਜ ਆ ਨੂੰ ਕਰੋ ਜੀ ਫੋਲੋ। ਅੱਜ ਮੰਡੀ ਵਿੱਚ ਥੋੜੇ ਜਿਹੇ ਰੇਟ ਆ ਉੱਪਰ ਨੂੰ ਹੋ ਚੁੱਕੇ ਨੇ, ਚੱਲ ਪਏ ਵੀ ਆਪਾਂ ਜਿਵੇਂ ਕਹਿ ਦਈਏ ਵੀ ਪਿਛਲੀ ਮੰਡੀ ਮੰਦੀ ਨਿਕਲੀ ਸੀ ਥੋੜੀ ਜਿਹੀ, ਆਪਣਾ ਧਨੌਲੇ ਦੀ ਤੇ ਆਪਣਾ ਖੰਨਾ ਮੰਡੀ ਵੀ ਥੋੜੀ ਚੇਲ ਇਹ ਤੇ ਮੰਡੀ ਚੱਲ ਪਈ ਰਹਿਣੇ ਚੁੱਕ। ਵਪਾਰੀ ਵੀਰ ਕਹਿੰਦੇ ਵੀ ਪਸ਼ੂ ਮਿਲਣੋਂ ਹਟ ਗਏ ਤਾਂ ਜਿਸ ਕਰਕੇ ਰੇਟ ਵੱਧ ਚੁੱਕੇ ਨੇ। ਆ ਜੋ ਮਿਲਦੇ ਹਾਂ ਜੀ ਆਪਾਂ ਅਗਲੀ ਨਵੀਂ ਵੀਡੀਓ ਦੇ ਨਾਲ।